ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਮੇਰੀ ਰਿਕਵੈਸਟ ਆ ਕਿ ਮੇਰੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਹੋ ਤਾਂ ਹਾਲੇ ਤੱਕ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲੋ ਨਾਲ ਕੈਂਟੀਨ ਵੀ ਦਵਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਦੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗਦੇ ਹਨ ਤਾਂ ਲਾਈਕ ਤੇ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਡੇ ਕਮੈਂਟਾਂ ਦੇ ਨਾਲ ਹੌਸਲਾ ਵਧਦਾ ਵੀਡੀਓ ਵਧੀਆ ਹੁੰਦੇ ਹਨ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਠੰਡਾ ਠੰਡਾ ਸ਼ਰਬਤ ਬਹੁਤ ਹੀ ਟੇਸਟੀ ਤੇ ਲਾਜਵਾਬ ਬੱਚਿਆਂ ਨੂੰ ਪਸੰਦ ਆਉਣ ਵਾਲਾ ਇਮਿਊਨਿਟੀ ਸਿਸਟਮ ਨੂੰ ਵਧਾਉਣ ਵਾਲਾ ਦਿਲ ਦਿਮਾਗ ਨੂੰ ਜਿਹੜਾ ਤਾਜ਼ਾ ਥਕਾਵਟ ਨੂੰ ਦੂਰ ਕਰਨ ਵਾਲਾ ਦੁਪਹਿਰ ਦੇ ਟਾਈਮ ਇੱਕ ਦੁਪਹਿਰ ਦੇ ਟਾਈਮ ਤੁਸੀਂ ਹਰ ਰੋਜ਼ ਇੱਕ ਵਾਰ ਬੱਚਿਆਂ ਨੂੰ ਜ਼ਰੂਰ ਪਿਆਓ ਤਾਂ ਕਿ ਜਿਹੜੀ ਉਹਨਾਂ ਨੂੰ ਗਰਮੀ ਤੋਂ ਜਿਹੜੇ ਬੱਚੇ ਬਜ਼ੁਰਗ ਬਚ ਸਕਣ ਚਲੋ ਜੀ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਅੱਜ ਆਪਾਂ ਸ਼ਰਬਤ ਦੇ ਲਈ ਆਪਾਂ ਕੀ ਕੀ ਸਮਾਨ ਲਿਆ ਤੇ ਕਿਵੇਂ ਆਪਾਂ ਜਿਹੜਾ ਸ਼ਰਬਤ ਨੂੰ ਬਣਾਇਆ ਏ ਠੰਡਾ ਠੰਡਾ ਕਿਉਂਕਿ ਸ਼ਰਬਤ ਜਿਹੜਾ ਗਰਮੀਆਂ ਦੇ ਵਿੱਚ ਠੰਡਾ ਠੰਡਾ ਬਣਾ ਕੇ ਪੀਣ ਦੇ ਨਾਲ ਇੱਕ ਤਾਂ ਥਕਾਵਟ ਨਹੀਂ ਆਉਂਦੀ ਕਮਜ਼ੋਰੀ ਦੂਰ ਹੁੰਦੀ ਹੈ ਗਰਮੀ ਤੋਂ ਜਿਹੜਾ ਬਚਿਆ ਜਾਂਦਾ ਹੈ ਦਿਮਾਗ ਨੂੰ ਵੀ ਤਾਜ਼ਾ ਰੱਖਦਾ ਤੇ ਦਿਲ ਨੂੰ ਤਾਕਤ ਦਿੰਦਾ ਹੈ ਇਹ ਆਪਾਂ ਦੁੱਧ ਲੈ ਲਿਆ ਜੀ 1 ਕਿਲੋ ਆਪਾਂ ਜਿਹੜਾ ਦੁੱਧ ਲਿਆ ਇਸ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਪੂਰੀ ਤਰ੍ਹਾਂ ਜਿਹੜਾ ਆਪਾਂ ਇਹਨੂੰ ਪਕਾ ਲੈਣਾ 10 ਮਿੰਟ ਤੱਕ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਅਗਲਾ ਤੁਹਾਨੂੰ ਦਿਖਾਉਣ ਲੱਗੇ ਹਾਂ ਲੋ ਜੀ ਇੱਕ ਸਾਈਡ ਆਪਣਾ ਦੁੱਧ ਗਰਮ ਹੋ ਰਿਹਾ ਤੇ ਹੁਣ ਆਪਾਂ ਦੂਸਰੀ ਸਾਈਡ ਜਿਹੜਾ ਆ ਆਪਾਂ ਦੂਜੀ ਤਿਆਰੀ ਕਰਦੇ ਆ ਇੱਧਰ ਆਪਾਂ ਇੱਕ ਕੌਲੀ ਲੈ ਲਈ ਕੌਲੀ ਦੇ ਵਿੱਚ ਆਪਾਂ ਲਵਾਂਗੇ ਜੀ ਕਾਸਟਰਡ ਪਾਊਡਰ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਤਾਂ ਕਿ ਜਿਹੜੀ ਤੁਹਾਨੂੰ ਹਰ ਗੱਲ ਦੀ ਸਮਝ ਆ ਸਕੇ ਤੇ ਜੋ ਵੀ ਆਪਾਂ ਇਸ ਵਿੱਚ ਪਾਇਆ ਹੋਏ ਤੁਸੀਂ ਪੂਰੀ ਤਰ੍ਹਾਂ ਦੇਖ ਸਕੋ 2 ਚਮਚੇ ਆਪਾਂ ਕਾਸਟਰਡ ਲੈ ਲਿਆ ਤੁਸੀਂ ਆਪਣੇ ਪਰਿਵਾਰ ਮੁਤਾਬਕ ਤੁਸੀਂ ਕਿੰਨੇ ਇਹ ਗਲਾਸ ਬਣਾਉਣਾ ਚਾਹੁੰਦੇ ਆ ਉਹਨਾਂ ਤੁਸੀਂ ਦੁੱਧ ਲੈ ਲੈਣਾ ਮੈਂ 1 ਕਿਲੋ ਦੁੱਧ ਲਿਆ ਏ ਥੋੜਾ ਜਿਹਾ ਦੁੱਧ ਐਕਸਟਰਾ ਪਾਸੇ ਰੱਖ ਲਿਆ ਸੀ ਤੇ ਆਪਾਂ ਦੋ ਚਮਚ ਕਾਸਟਰਡ ਪਾਊਡਰ ਲੈ ਕੇ ਦੁੱਧ ਦੇ ਵਿੱਚ ਘੋਲ ਲਿਆ ਤੇ ਇੱਧਰ ਆਪਣਾ ਦੁੱਧ ਕੜਦੇ ਹੋਇਆ ਨੂੰ 8-10 ਮਿੰਟ ਹੋ ਗਏ ਆ ਤੇ ਪੂਰੀ ਤਰ੍ਹਾਂ ਜਿਹੜਾ ਇਹਨੂੰ ਉਬਾਲਾ ਆ ਚੁੱਕਿਆ ਪੱਕ ਚੁੱਕਿਆ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਕਾਸਟਰਡ ਪਾਵਾਂਗੇ ਜੇਕਰ ਤੁਸੀਂ 1.5-2 ਲੀਟਰ ਦੁੱਧ ਲੈਣੇ ਆ ਤਾਂ ਫਿਰ ਤੁਸੀਂ 4 ਚਮਚ ਜਿਹੜਾ ਕਾਸਟਰਡ ਪਾਊਡਰ ਦੇ ਲੈ ਸਕਦੇ ਆ ਠੀਕ ਹੈ ਜੀ ਜੇ ਤੁਸੀਂ ਕਾਸਟਰਡ ਪਾਊਡਰ ਨਹੀਂ ਲੈਣਾ ਚਾਹੁੰਦੇ ਫਿਰ ਤੁਸੀਂ ਦੁੱਧ 2 ਲੀਟਰ ਲੈ ਕੇ ਉਹਨੂੰ ਚੰਗੀ ਤਰ੍ਹਾਂ ਜੜਾ ਰਿਨ ਲਵੋ ਜਿਹਦੇ ਵਿੱਚੋਂ ਇੱਕ ਜਿਹੜਾ ਕਿ 250 ਗ੍ਰਾਮ ਦੁੱਧ ਜਿਹੜਾ ਘੜ ਜਾਵੇ ਇੰਨਾ ਕੁ ਤੁਸੀਂ ਉਹਨੂੰ ਪਕਾ ਲਓ ਥੋੜਾ ਥੋੜਾ ਕਰਕੇ ਆਪਾਂ ਜਿਹੜਾ ਇਹਦੇ ਵਿੱਚ ਕਾਸਟਰਡ ਪਾਊਡਰ ਪਾ ਲਵਾਂਗੇ ਤੇ ਇਹਨੂੰ ਲਗਾਤਾਰ ਜਿਹੜਾ ਆਪਾਂ ਲੋ ਮੀਡੀਅਮ ਤੇ ਰੱਖ ਕੇ ਪਕਾਉਂਦੇ ਜਾਵਾਂਗੇ ਹੁਣ ਆਪਾਂ ਜੀ ਇਸਨੂੰ ਫਿਰ ਜਿਹੜਾ ਕਾਸਟਰਡ ਪਾਊਡਰ ਪਾਉਣ ਤੋਂ ਬਾਅਦ 10 ਮਿੰਟ ਲਈ ਪਕਾ ਲੈਣਾ ਹੈ ਮੀਡੀਅਮ ਸੇਕ ਤੇ ਹਾਈ ਫਲੇਮ ਤੇ ਨਹੀਂ ਪਕਾਵਾਂਗੇ ਲੋ ਜੀ ਆਪਾਂ ਮਿੱਠਾ ਵੀ ਲੈ ਲਿਆ ਸਵਾਦ ਅਨੁਸਾਰ ਤੁਸੀਂ ਕਿੰਨਾ ਕੁ ਮਿੱਠਾ ਪਾਉਣਾ ਚਾਹੁੰਦੇ ਆ ਕਿੰਨਾ ਕੁ ਟੇਸਟੀ ਵੱਧ ਚਾਹੀਦਾ ਤੁਹਾਨੂੰ ਤੁਸੀਂ ਆਪਣੇ ਹਿਸਾਬ ਮੁਤਾਬਕ ਲੈ ਲੈਣਾ ਮਿੱਠਾ ਖੰਡ ਲੋ ਜੀ ਆਪਾਂ ਇਸ ਨੂੰ ਹੱਠ ਸੱਤ ਮਿੰਟ ਲਈ ਜਿਹੜਾ 10 ਮਿੰਟ 10 ਤੋਂ 12 ਮਿੰਟ ਵੀ ਲੱਗ ਸਕਦੇ ਆ ਆਪਾਂ ਨੂੰ ਦੁੱਧ ਨੂੰ ਪਕਾਉਂਦੇ ਹੋਏ ਲੋ ਜੀ ਇਹਨੂੰ ਇੱਕ ਸਾਈਡ ਆ ਹੁਣ ਆਪਾਂ ਜਿਹੜਾ ਠੰਡਾ ਹੋਣ ਦੇ ਲਈ ਰੱਖਦੇ ਆ ਅਗਲੀ ਤਿਆਰੀ ਕਰਦੇ ਆ ਇੱਧਰ ਆਪਾਂ ਲੈ ਲੇ ਜੀ 10 15 20 ਆਪਾਂ ਬਾਦਾਮ ਲੈ ਲਏ ਇਹਨਾਂ ਨੂੰ ਭਿਉਂਕੇ ਰੱਖ ਦਿੱਤਾ ਸੀ ਇੱਧਰ ਆਪਾਂ ਲੈ ਲੇ ਜੀ ਮੱਕ 2 ਚਮਚ ਇਹਨਾਂ ਨੂੰ ਵੀ ਆਪਾਂ ਪੂਰੀ ਰਾਤ ਲਈ ਭਿਉਂਕੇ ਰੱਖ ਦਿੱਤਾ ਇਹ ਲੈ ਆ ਜੀ ਆਪਾਂ ਪਿਸਤਾ 2 ਚਮਚ ਇਹਨਾਂ ਨੂੰ ਵੀ ਆਪਾਂ ਜਿਹੜਾ ਭਿਉਂਕੇ ਰੱਖਿਆ ਸੀ 2 ਚਮਚ ਆਪਾਂ ਖਸਖਸ ਲੈ ਲਈ ਤੁਸੀਂ ਚਾਹੋ ਤਾਂ ਅਖਰੋਟ ਵੀ ਲੈ ਸਕਦੇ ਆ ਅਖਰੋਟ ਵੀ ਜਿਹੜਾ ਬਹੁਤ ਵਧੀਆ ਅਈ ਥੋੜਾ ਜਿਹਾ ਆਪਾਂ ਜਿਹੜਾ ਇਹਦੇ ਵਿੱਚ ਦੁੱਧ ਐਡ ਕਰਾਂਗੇ ਇੱਧਰ ਆਪਾਂ ਲੈ ਚੀਆਂ ਲੈ ਲਿਆ ਜੀ 4 4-5 ਆਪਾਂ ਕਾਲੀ ਮਿਰਚ ਲੈ ਲਈ ਹੁਣ ਆਪਾਂ ਇਸ ਦਾ ਜਿਹੜਾ ਪੇਸਟ ਬਣਾ ਲਵਾਂਗੇ ਚੰਗੀ ਤਰ੍ਹਾਂ ਲਓ ਜੀ ਆਪਾਂ ਪੇਸਟ ਜਿਹੜਾ ਇਹਦਾ ਬਣਾ ਕੇ ਤਿਆਰ ਕਰ ਲਿਆ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਜਿਹੜਾ ਇਹਨੂੰ ਕੱਢ ਲਵਾਂਗੇ ਹਾਂ ਜੀ ਤੁਸੀਂ ਇਹ ਜਿਹੜਾ ਆਪਾਂ ਬਣਾਇਆ ਡਰਾਈ ਫਰੂਟ ਪੇਸਟ ਇਸਨੂੰ ਤੁਸੀਂ ਇੱਕ ਹਫਤੇ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਆ ਇੱਕ ਦਿਨ ਬਣਾ ਲਓ ਜਦੋਂ ਵੀ ਤੁਸੀਂ ਦੁੱਧ ਤਿਆਰ ਕਰਨਾ ਤੇ ਉਹਦੇ ਵਿੱਚ ਜਿਹੜਾ ਤੁਸੀਂ 2-3 ਜਿੰਨਾ ਵੀ ਤੁਸੀਂ ਗਲਾਸ ਦੁੱਧ ਦੇ ਤਿਆਰ ਕਰਨੇ ਆ ਉਸ ਹਿਸਾਬ ਤੱਕ ਪਾ ਲਓ ਤੁਸੀਂ ਇੱਕ ਦਿਨ ਹੀ ਇਸ ਨੂੰ ਬਣਾ ਕੇ ਤੇ 10-12 ਦਿਨ ਤੱਕ ਸਟੋਰ ਕਰ ਸਕਦੇ ਆ ਆਰਾਮ ਨਾਲ ਇਹ ਬਿਲਕੁਲ ਵੀ ਜਿਹੜਾ ਖਰਾਬ ਨਹੀਂ ਹੋਊਗਾ ਪਰ ਇਹਨੂੰ ਫ੍ਰਿਜ ਦੇ ਵਿੱਚ ਜ਼ਰੂਰ ਰੱਖ ਲੈਣਾ ਕਿਸੇ ਵੀ ਭਾਂਡੇ ਡੱਬੀ ਦੇ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜਦੋਂ ਵੀ ਤੁਸੀਂ ਸ਼ਰਬਤ ਬਣਾਉਣਾ ਉਦੋਂ ਤੁਸੀਂ ਇਸ ਨੂੰ ਵਰਤ ਸਕਦੇ ਆ ਲਓ ਜੀ ਆਪਣਾ ਜਿਹੜਾ ਕਾਸਟਰ ਦੁੱਧ ਦਾ ਪੂਰੀ ਤਰ੍ਹਾਂ ਆਪਾਂ ਇਹਨੂੰ ਠੰਡਾ ਕਰ ਲਿਆ ਪਹਿਲਾਂ ਆਪਾਂ ਇਹਨੂੰ ਪਾਣੀ ਦੇ ਵਿੱਚ ਰੱਖ ਕੇ ਹਿਲਾ ਲਿਆ ਸੀ ਤਾਂ ਕਿ ਇਹਦੇ ਉੱਪਰ ਜਿਹੜੀ ਮਲਾਈ ਨਾ ਬਣੇ ਫਿਰ ਆਪਾਂ ਜਿਹੜਾ ਇਹਨੂੰ 2 ਘੰਟਿਆਂ ਦੇ ਲਈ ਆਪਾਂ ਜਿਹੜਾ ਫਰਿੱਜ ਵਿੱਚ ਰੱਖ ਲਿਆ ਸੀ ਤਾਂ ਕਿ ਪੂਰੀ ਤਰ੍ਹਾਂ ਚਿਲਡ ਠੰਡਾ ਹੋ ਜਾਵੇ ਲੋ ਜੀ ਹੁਣ ਆਪਾਂ ਤੁਹਾਨੂੰ ਸ਼ਰਬਤ ਕਿੰਨਾ ਕੁ ਗਾੜਾ ਤੁਸੀਂ ਬਣਾਉਣਾ ਚਾਹੁੰਦੇ ਆ ਤੁਸੀਂ ਆਪਣੇ ਹਿਸਾਬ ਮੁਤਾਬਕ ਇਹ ਜਿਹੜਾ ਆਪਣਾ ਬਣਾ ਕੇ ਰੱਖਿਆ ਹੋਇਆ ਪੇਸਟ ਇਸ ਨੂੰ ਮਿਕਸ ਕਰ ਸਕਦੇ ਆ ਇਹ ਤੁਸੀਂ ਆਪਣੇ ਟੇਸਟ ਮੁਤਾਬਕ ਲੈਣਾ ਹੈ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਵੀ ਪਾ ਸਕਦੇ ਆ ਆਪਣੀ ਮਰਜ਼ੀ ਮੁਤਾਬਕ ਲੈਣਾ ਲਓ ਜੀ ਇਹ ਆਪਣਾ ਆ ਗਿਆ ਬਰਮੀ ਸ਼ਰਬਤ ਖਸ ਖਸ ਸ਼ਰਬਤ ਵੀ ਕਹਿੰਦੇ ਆ ਤੇ ਬਰਮੀ ਸ਼ਰਬਤ ਵੀ ਕਿਹਾ ਜਾਂਦਾ ਇਹ ਜਿਹੜਾ ਹੈ ਆਪਾਂ ਨੂੰ ਕਰਿਆਨਾ ਸਟੋਰ ਤੋਂ ਆਰਾਮ ਨਾਲ ਮਿਲ ਜਾਂਦਾ ਹੈ ਜਿਹੜਾ ਬਰਮੀ ਸ਼ਰਬਤ ਹੁੰਦਾ ਹੈ ਇਸ ਨੂੰ ਵੈਸੇ ਵੀ ਤੁਸੀਂ ਪਾਣੀ ਦੇ ਵਿੱਚ ਮਿਲਾ ਕੇ ਪੀਓ ਤਾਂ ਤੁਸੀਂ ਜਿਹੜਾ ਤੁਹਾਨੂੰ ਗਰਮੀ ਆ ਜਿਹੜੀ ਬਿਲਕੁਲ ਵੀ ਨਹੀਂ ਲੱਗੂਗੀ ਸਿਰ ਦਰਦ ਤੋਂ ਬਹੁਤ ਵਧੀਆ ਹੁੰਦਾ ਹੈ ਸਿਰ ਦੀ ਕਮਜ਼ੋਰੀ ਦੇ ਲਈ ਤੇ ਦਿਲ ਨੂੰ ਜਿਹੜਾ ਤਾਕਤ ਦਿੰਦਾ ਹੈ ਤੇ ਲੀਵਰ ਦੇ ਵਿੱਚ ਜਿਹੜਾ ਗਰਮੀ ਨਹੀਂ ਰਹਿਣ ਦਿੰਦਾ ਹੈ ਬਰਮੀ ਦਾ ਸ਼ਰਬਤ ਵੈਸੇ ਵੀ ਤੁਸੀਂ ਪਾਣੀ ਦੇ ਵਿੱਚ ਪਾ ਕੇ ਦੋ ਚਮਚ ਜਿਹੜਾ ਇੱਕ ਗਲਾਸ ਤਿਆਰ ਕਰਕੇ ਬੱਚਿਆਂ ਨੂੰ ਦੇ ਸਕਦੇ ਬਜ਼ੁਰਗਾਂ ਨੂੰ ਵੀ ਦੇ ਸਕਦੇ ਖੁਦ ਵੀ ਤੁਸੀਂ ਪੀ ਸਕਦੇ ਹੋ ਲਓ ਜੀ ਆਪਣਾ ਸ਼ਰਬਤ ਜਿਹੜਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜਿਹੜਾ ਸਰਵ ਕਰਕੇ ਦਿਖਾਣੀ ਆ ਇਸ ਨੂੰ ਤੁਸੀਂ ਕਿੰਨਾ ਕੁ گاੜਾ ਬਣਾਉਣਾ ਚਾਹੁੰਦੇ ਆ ਤੁਸੀਂ ਜਿਹੜਾ ਮੈਂ ਥੋੜਾ ਸੈਮੀ ਜਿਹਾ ਰੱਖਿਆ ਜਿਆਦਾ گاੜਾ ਨਹੀਂ ਬਣਾਇਆ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਦੁੱਧ ਨੂੰ ਕਾੜ ਲਵੋਗੇ ਓਨਾ ਜ਼ਿਆਦਾ ਜਿਹੜਾ گاੜਾ ਹੋ ਜਾਵੇਗਾ ਜਿੰਨਾ ਤੁਸੀਂ ਇਹਦੇ ਵਿੱਚ ਪੇਸਟ ਪਾਉਣਾ ਚਾਹੁੰਦੇ ਆ ਜਿਹੜਾ ਇਹ ਆਪਣਾ ਪਾਇਆ ਹੋਇਆ ਖਾਸ ਖਾਸ ਬਦਾਮ ਪਿਸਤਾ ਵਗੈਰਾ ਉਸ ਦਾ ਵੀ ਜਿਹੜਾ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਕੇ ਬਣਾ ਸਕਦੇ ਹੋ ਜੇ ਇਸ ਤੋਂ ਵੀ ਪਤਲਾ ਬਣਾਉਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਆ ਜੇਕਰ ਇਸ ਤੋਂ گاੜਾ ਬਣਾਉਣਾ ਚਾਹੁੰਦੇ ਆ ਦੁੱਧ ਨੂੰ ਜ਼ਿਆਦਾ ਟਾਈਮ ਤੱਕ گاੜਾ ਹੋਣ ਤੱਕ ਪਕਾ ਲਵੋ ਲਓ ਜੀ ਆਪਾਂ ਦੋ ਗਲਾਸਾਂ ਦੇ ਵਿੱਚ ਸਰਵ ਕਰ ਲਿਆ ਠੰਡਾ ਠੰਡਾ ਸ਼ਰਬਤ એનર્ਜੀ ਦੇਣ ਵਾਲਾ ਕਿਉਂਕਿ ਇਹ ਸ਼ਰਬਤ ਪੀਣ ਦੇ ਨਾਲ ਕਿੰਨੀ ਵੀ ਤੁਹਾਨੂੰ ਗਰਮੀ ਦੇ ਵਿੱਚੋਂ ਤੁਸੀਂ ਆਏ ਆ ਦੁਪਹਿਰ ਦੇ ਟਾਈਮ ਬੱਚਿਆਂ ਨੂੰ ਦਿਓ ਬਜ਼ੁਰਗਾਂ ਨੂੰ ਦਿਓ ਕਿਉਂਕਿ ਗਰਮੀ ਤੋਂ ਬਚਣ ਦੇ ਲਈ ਆ ਤੇ ਦਿਲ ਤੇ ਦਿਮਾਗ ਨੂੰ ਜਿਹੜਾ ਇਹ ਤਾਜ਼ਾ ਰੱਖਦਾ ਥਕਾਵਟ ਨੂੰ ਦੂਰ ਕਰਦਾ એનર્ਜੀ ਜਿਹੜੀ ਆਉਂਦੀ ਆ ਇਮਿਊਨਿਟੀ ਸਿਸਟਮ ਨੂੰ ਜਿਹੜਾ ਠੀਕ ਰੱਖਦਾ ਹੈ ਕਿਉਂਕਿ ਤੁਸੀਂ 2-3 ਮਹੀਨੇ ਗਰਮੀ ਦੇ ਜਿਹੜੇ ਫੁੱਲ ਹੁੰਦੇ ਆ ਅੱਜਕਲ ਤੇ ਇਹਦੇ ਵਿੱਚ ਹਰ ਰੋਜ਼ ਪਿਓ ਬਣਾ ਕੇ ਬੱਚਿਆਂ ਨੂੰ ਪਿਓ ਤੇ ਠੀਕ ਰਹਿਣਗੇ ਗਰਮੀ ਤੋਂ ਜਿਹੜਾ ਉਹ ਬੱਚੇ ਰਹਿਣਗੇ ਹਾਂਜੀ ਜੇਕਰ ਬੱਚੇ ਸ਼ਰਬਤ ਪੀਣਾ ਪਸੰਦ ਨਹੀਂ ਕਰਦੇ ਦੁੱਧ ਪੀਣਾ ਨਹੀਂ ਉਹ ਕੁਲਫੀ ਨੂੰ ਬਹੁਤ ਬੱਚੇ ਆਈਸਕ੍ਰੀਮ ਜਾਂ ਕੁਲਫੀ ਨੂੰ ਖਾਣਾ ਬਹੁਤ ਪਸੰਦ ਕਰਦੇ ਆ ਤੁਸੀਂ ਇਸ ਦੀ ਆਈਸਕ੍ਰੀਮ ਵੀ ਬਣਾ ਸਕਦੇ ਆ ਜਾਂ ਫਿਰ ਤੁਸੀਂ ਜਿਹੜਾ ਕੁਲਫੀਆਂ ਵੀ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਆ ਹੁਣ ਮੈਂ ਤੁਹਾਨੂੰ ਜਿਹੜਾ ਕੁਲਫੀਆਂ ਵੀ ਮੈਂ ਬਣਾਈਆਂ ਪਰ ਮੈਂ ਜਿਹੜੀ ਉਹਦੀ ਵੀਡੀਓ ਪਹਿਲਾਂ ਨਹੀਂ ਔਨ ਕੀਤਾ ਸੀ ਕੈਮਰਾ ਕਿਉਂਕਿ ਮੈਂ ਬਾਅਦ ਵਿੱਚ ਜਿਹੜਾ ਇਹ ਕੁਲਫੀ ਮੋੜ ਲੈ ਕੇ ਉਹਦੇ ਵਿੱਚ ਜਿਹੜਾ ਆਪਣਾ ਬਚਿਆ ਹੋਇਆ ਸ਼ਰਬਤ ਸੀਗਾ ਪਾ ਕੇ ਤੇ ਉੱਪਰ ਆਪਾਂ ਇੱਕ ਚੰਦੀ ਵਰਕ ਲਾ ਕੇ ਤੇ ਡੱਕੇ ਲਗਾ ਕੇ ਇਹਨੂੰ ਪੂਰਾ ਜਿਹੜਾ ਆਪਾਂ 6 ਤੋਂ 7 ਘੰਟਿਆਂ ਤੱਕ ਰੱਖਦਾ ਸੀ ਤਾਂ ਕਿ ਜਿਹੜੇ ਆਪਣੀ ਕੁਲਫੀਆਂ ਚੰਗੀ ਤਰ੍ਹਾਂ ਜੰਮ ਜਾਣ ਜਾਂ ਤੁਸੀਂ ਵੈਸੇ ਵੀ ਤੁਸੀਂ ਬਾਕਸ ਦੇ ਵਿੱਚ ਪਾ ਕੇ ਉਹਨੂੰ ਟੱਕਣ ਦੇ ਨਾਲ ਤੱਕ ਕੇ ਤੇ 7-8 ਘੰਟਿਆਂ ਤੱਕ ਰੱਖ ਸਕਦੇ ਆ ਤੇ ਇਸ ਨੂੰ ਆਈਸਕ੍ਰੀਮ ਦੇ ਰੂਪ ਵਿੱਚ ਵੀ ਬਣਾ ਸਕਦੇ ਆ ਬੱਚਿਆਂ ਨੂੰ ਆਈਸਕ੍ਰੀਮ ਬਣਾ ਕੇ ਖਵਾਓ ਦੁਪਹਿਰ ਦੇ ਟਾਈਮ ਜਾਂ ਕੁਲਫੀ ਖਵਾਓ ਕਿਉਂਕਿ ਬਾਹਰ ਲਿਆਂ ਕੁਲਫੀਆਂ ਵੀ ਬੱਚੇ ਖਾਣਾ ਭੁੱਲ ਜਾਣਗੇ ਆਈਸਕ੍ਰੀਮ ਖਾਣਾ ਭੁੱਲ ਜਾਣਗੇ ਜੇਕਰ ਤੁਸੀਂ ਇਸ ਤਰ੍ਹਾਂ ਘਰ ਦੇ ਵਿੱਚ ਬਣਾ ਕੇ ਦੇਵੋਗੇ ਸ਼ਰਬਤ ਬਣਾ ਕੇ ਦੇਵੋਗੇ ਲਓ ਜੀ ਦੇਖੋ ਮੈਂ ਤੁਹਾਨੂੰ ਕੁਲਫੀ ਵੀ ਜਿਹੜੀਆਂ ਬਣਾ ਕੇ ਦਿਖਾ ਦਿੱਤੀਆਂ ਬਚੇ ਹੋਏ ਸ਼ਰਬਤ ਤੋਂ ਕੁਝ ਸ਼ਰਬਤ ਜਿਹੜਾ ਬੱਚਿਆਂ ਨੇ ਪੀ ਲਿਆ ਤੇ ਬਾਕੀ ਦਾ ਜਿਹੜਾ ਬਚਿਆ ਹੋਇਆ ਸੀ ਆਸੀਂ ਆਪਾਂ ਕੁਲਫੀ ਮੋੜ ਦੇ ਵਿੱਚ ਪਾ ਕੇ ਉਸ ਦੀਆਂ ਕੁਲਫੀਆਂ ਵੀ ਬਣਾ ਦਿੱਤੀਆਂ ਆ ਦੇਖੋ ਕਿੰਨੀਆਂ ਵਧੀਆ ਕੁਲਫੀਆਂ ਵੀ ਬਣ ਕੇ ਤਿਆਰ ਹੋਈਆਂ ਹਾਂ ਹਾਂਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਵਧੀਆ ਲੱਗਦੇ ਹਨ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਨਾ ਚਲੋ ਠੀਕ ਹੈ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ